ਇਹ ਦਮਰ ਕਬੂਲ ਹੋਈ ਏ ਕਿ ਨਹੀਂ ਹੋਈ ਏ ਤੇ ਕੋਈ ਨਹੀਂ ਪਤਾ ਇਹ ਤੇ ਰੱਬ ਕੋਲ ਗੱਲ ਏ ਤੇ ਕਬਰਸਤਾਨਾਂ ਦੇ ਵਿੱਚ ਜਾ ਕੇ ਦੇਖੋ ਉਹਨਾਂ ਦੀਆਂ ਕਬਰਾਂ ਦੇ ਨਿਸ਼ਾਨ ਵੀ ਮਿਟ ਗਏ ਨੇ ਕਿਸੇ ਨੇ ਜੇ ਖੜੀ ਔਰ ਇੱਕ ਗੱਲ ਯਾਦ ਰੱਖਿਆ ਜੇ ਕਿ ਕਫਨ ਦੇ ਨਾਲ ਜੇ ਵੀ ਕੋ ਨਹੀਂ ਜੇ ਹੁੰਦੀ ਦੀਨ ਦੇ ਉੱਤੇ ਚੱਲਿਆ ਜਿਹੜਾ ਬੰਦਾ ਉਹਨਾਂ ਦੀਆਂ ਕਬਰਾਂ ਦੇ ਉੱਤੇ ਅੱਜ ਵੀ ਦੀਵੇ ਬਲਦੇ ਨੇ ਪਏ ਔਰ ਰਮਜ਼ਾਨ ਮੁਬਾਰਕ ਦੀਆਂ ਜਿਹੜੀਆਂ ਬਰਕਤਾਂ ਸਾਡੇ ਤੱਕ ਪਹੁੰਚੀਆਂ ਉਹਨਾਂ ਨੂੰ ਆਹਾਂ कि समेटे है और कि कु नहीं बिस्मिल्लाहिर्रहमानिर्रहीम राहीिम दोस्तों असलकम अल्लाह तौला सारे दोस्तों सेहत तो तंदुरुस्ती तो वाली लंबी जिंदगी दे वे। आमीन सुमा अमीर दोस्तों आज उन्नतिस रमजान उल मुबारक है और मंगल दीन है रमजान उल मुबारक सदके अल्लाह तौला तो जिंदगी खुशियां दे भर देवे आम सुबह अमीन दोस्तों अज शायद आखिरी रोज़ है یا شاید اللہ ਨੂੰ منظور ਹੋਇਆ ਤੇ 30ਵਾਂ ਰੋਜ਼ਾ ਵੀ ਹੋਏਗਾ ਟੋੜੀ ਜੀ ਤੁਹਾਡੇ ਅੱਗੇ ਗੁਜ਼ਾਰਿਸ਼ ਕਰਨੀ ਹੈ ਗੁਜ਼ਾਰਿਸ਼ ਇਹ ਵੇ ਕਿ ਰਮਜ਼ਾਨੁਲ ਮੁਬਾਰਕ ਦੇ ਵਿੱਚ ਜਿੰਨੀਆਂ ਮੈਂ ਵੀਡੀਓ ਬਣਾਈਆਂ ਉਹਨਾਂ ਦੇ ਵਿੱਚ ਜੋ ਵੀ ਜ਼ਿਕਰ ਕੀਤਾ ਜਿਸ ਤਰ੍ਹਾਂ ਦੇ ਵੇ ਆਪਣੇ خیالات ਦਾ ਇਜ਼ਹਾਰ ਕੀਤਾ ਅਗਰ ਉਹਨਾਂ ਦੇ ਵਿੱਚ ਕੋਈ ਕਮੀ-ਕੁਤਾਈ ਹੋਈ ਹੋਵੇ ਕੋਈ ਗਲਤੀ ਹੋਈ ਹੋਵੇ ਤੇ ਉਹਦੀ ਮੈਨੂੰ ਮਾਫੀ ਦੇ ਆ ਜੇ ਕਿਉਂਕਿ ਇਨਸਾਨ ਹਟਾਵਾ ਦਾ ਪਤਲਾ ਹੈ انسان ਕੋਲ ਗਲਤੀਆਂ ਹੋ ਸਕਦੀਆਂ ਨੇ ਅਗਰ ਕੋਈ ਗਲਤੀ ਹੋਈ ਹੋਵੇ ਤੇ ਉਹਦੀ ਮੈਨੂੰ ਮਾਫੀ ਜ਼ਰੂਰ ਪਿਆ ਜੇ ਕਿਉਂਕਿ ਅਗਲੇ ਰਮਜ਼ਾਨੁਲ ਮੁਬਾਰਕ ਅਗਲੇ ਸਾਲ ਜਿਹੜੇ ਆਣੇ ਨੇ ਉਹਨਾਂ ਦੇ ਵਿੱਚ ਅਸੀਂ ਹੋਣਾ ਹੈ ਕਿ ਨਹੀਂ ਹੋਣਾ ਸਾਡੀ ਜ਼ਿੰਦਗੀ ਹੋਣੀ ਹੈ ਕਿ ਨਹੀਂ ਹੋਣੀ ਇਸੇ ਮਕਸਦ ਨਾਲ ਤੁਹਾਡੇ ਨਾਲ ਇੱਕ ਗੱਲਬਾਤ ਕਰ ਰਹੇ ਹਾਂ ਕੋਸ਼ਿਸ਼ ਕਰੀ ਦੀ ਹੈ ਕਿ ਹਰ ਵਕਤ ਤੁਹਾਡੇ ਦੇ ਨਾਲ ਅੱਛੇ ਗੁਫਤਗੂ ਕਰੀਏ ਅੱਛੇ ਅਲਫਾਜ਼ ਬੋਲੀਏ ਜਿਹੜੀ ਕੋਈ ਅੱਛੀ ਮਾਲੂਮਾਤ ਹੈ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਕਿਉਂਕਿ ਜ਼ਿੰਦਗੀ ਦਾ ਮਕਸਦ ਹਰ ਇਨਸਾਨ ਦਾ ਇਹ ਹੀ ਹੋਣਾ ਚਾਹੀਦਾ ਕਿ ਇਨਸਾਨਾਂ ਦੇ ਨਾਲ ਮੁਹੱਬਤ ਕੀਤੀ ਜਾਏ ਇਨਸਾਨਾਂ ਤੋਂ ਦੂਰ ਨਾ ਹੋਇਆ ਜਾਏ ਇਨਸਾਨਾਂ ਦੇ ਨਾਲ ਇਸ ਤਰ੍ਹਾਂ ਦੀ ਮੁਹੱਬਤ ਕਰੋ ਕਿ ਅਗਰ ਕੋਈ ਮਾੜਾ ਬੰਦਾ ਹੈ ਤੇ ਉਹਦੀ ਅਗਰ ਮਦਦ ਦੀ ਜ਼ਰੂਰਤ ਹੈ ਉਹਨੂੰ ਸਾਡੀ ਤੇ ਅਸੀਂ ਉਹਦੀ ਮਦਦ ਵੀ ਕਰੀਏ ਮਾਲੀ ਦੀ ਜ਼ਰੂਰਤ ਹੋਵੇ ਮਾਲੀ ਕਰੀਏ ਇਹਲਾਕੀ ਜ਼ਰੂਰਤ ਹੋਵੇ ਤੇ ਇਹਲਾਕੀ ਤੌਰ ਤੇ ਕਰੀਏ ਔਰ ਜਿਹੜਾ ਸ਼ਰੀਅਤ ਨੇ ਹੁਕਮ ਦਿੱਤਾ ਹੈ ਉਸ ਸ਼ਰੀਅਤ ਦੇ ਹੁਕਮ ਦੇ ਮੁਤਾਬਕ ਆਪਣੀ ਜ਼ਿੰਦਗੀ ਬਸਰ ਕਰਨ ਦੀ ਕੋਸ਼ਿਸ਼ ਕਰੀਏ ਇਸ ਜ਼ਿੰਦਗੀ ਦਾ ਕੋਈ ਪਤਾ ਨਹੀਂ ਜੇ ਕਿਦੋਂ ਖਤਮ ਹੋ ਜਾਣੀ ਹੈ ਔਰ ਅਕਸਰ ਲੋਕਾਂ ਨੂੰ ਮੈਂ ਵੇਖਿਆ ਹੈ ਕਿ ਉਹ ਦੌਲਤ ਦੇ ਪਿੱਛੇ ਬੜਾ ਭੱਜਦੇ ਨੇ ਲੇਕਿਨ ਉਹਨਾਂ ਨੂੰ ਇਹ ਖਿਆਲ ਜ਼ਰਾ ਨਹੀਂ ਹੁੰਦਾ ਕਿ ਅਸੀਂ ਇਹ ਦੌਲਤ ਕਦੀ ਨਹੀਂ ਨਾਲ ਲੈ ਕੇ ਜਾਣੀ ਔਰ ਕਿਸੇ ਵੀ ਨਹੀਂ ਅਜੇ ਤੱਕ ਖੜੀ ਜਿੰਨੇ ਵੀ ਦੁਨੀਆ ਦੇ ਲੋਕ ਜਾ ਚੁੱਕੇ ਨੇ ਦੌਲਤਮੰਦ ਕਿਸੇ ਨੇ ਖੜੀ ਨਹੀਂ ਅਜੇ ਤੱਕ ਦੌਲਤ ਕਿਸੇ ਨੇ ਜੇ ਖੜੀ ਔਰ ਇੱਕ ਗੱਲ ਯਾਦ ਰੱਖਿਆ ਜੇ ਕਿ ਕਫਨ ਦੇ ਨਾਲ ਜੇਬ ਵੀ ਕੋਈ ਨਹੀਂ ਜੇ ਹੁੰਦੀ ਕਫਨ ਦੇ ਨਾਲ ਜੇਬ ਵੀ ਨਹੀਂ ਜੇ ਹੁੰਦੀ ਔਰ ਨਾ ਉਸ ਜੇਬ ਦੇ ਵਿੱਚ ਕੋਈ ਚੀਜ਼ ਰੱਖਦਾ ਜੇ ਕੋਈ ਬਾਬਾ ਜੀ ਫਰਮਾਨੇ ਹੁੰਦੇ ਸਨ ਕਿ ਜਿਨ੍ਹਾਂ ਨੇ ਦੁਨੀਆ ਨੂੰ ਇਕੱਠਿਆ ਕੀਤਾ ਦੁਨੀਆ ਨੂੰ ਕਮਾਇਆ ਦੁਨੀਆ ਦੀ ਦੌਲਤ ਇਕੱਠੀ ਕੀਤੀ ਹੈ ਤੇ ਕਬਰਸਤਾਨਾਂ ਦੇ ਵਿੱਚ ਜਾ ਕੇ ਦੇਖੋ ਉਹਨਾਂ ਦੀਆਂ ਕਬਰਾਂ ਦੇ ਨਿਸ਼ਾਨ ਵੀ ਮਿਟ ਗਏ ਨੇ ਉਹਨਾਂ ਦੇ ਵਾਰਸ ਵੀ ਕੋਈ ਨਹੀਂ ਰਹਿਏ ਲੇਕਿਨ ਜਿਨ੍ਹਾਂ ਨੇ ਕਮਾਲ ਇਹ ਕੀਤਾ ਕਿ ਕਿਸੇ ਦੀ ਹਿਦਮਤ ਕੀਤੀ ਏ ਕਿਸੇ ਦੀ ਇੱਜ਼ਤ ਰੱਖੀ ਏ ਔਰ دین ਦੇ ਉੱਤੇ ਚੱਲਿਆ ਜਿਹੜਾ ਬੰਦਾ ਉਹਨਾਂ ਦੀਆਂ ਕਬਰਾਂ ਦੇ ਉੱਤੇ ਅੱਜ ਵੀ ਦੀਵੇ ਬਲਦੇ ਨੇ ਪਏ ਅੱਜ ਵੀ ਦੀਵੇ ਬਲਦੇ ਨੇ ਔਰ ਹਰ ਲੰਘਣ ਵਾਲਾ ਜਿਹਦਾ ਉਹਦੇ ਨਾਲ ਤਲਕ ਹੈ ਜਾਂ ਨਹੀਂ ਹੈ ਉਹ ਵੀ ਉਹਦੇ ਅੱਸਤੇ ਦੁਆਇ ਹਾਇਰ ਕਰਕੇ ਜਾਂਦਾ ਹੈ ਹੱਥ ਚੁੱਕ ਕੇ ਜਾਂਦਾ ਹੈ ਦੋਸਤੋ ਇਹ ਬੜੀ ਅੱਛੀ ਗੱਲ ਹੈ ਬੜੀ ਖੂਬਸੂਰਤ ਗੱਲ ਮਿਲ ਨੂੰ ਲੱਗੀ ਬਾਬਾ ਜੀ ਦੀ ਤੇ ਉਹ ਮੈਂ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਹੈ ਕਿਉਂਕਿ ਇਹ ਮਮਕੀਨ ਨਹੀਂ ਹੈ ਕਿ ਹਰ ਗੱਲ ਹਰ ਇਨਸਾਨ ਤੱਕ ਪਹੁੰਚੀ ਹੋਵੇ ਲੇਕਿਨ ਅੱਜ ਸੋਸ਼ਲ ਮੀਡੀਆ ਦਾ ਦੌਰ ਹੈ ਜਿਹੜਾ ਬੰਦਾ ਸੋਸ਼ਲ ਮੀਡੀਆ ਯੂਜ਼ ਕਰਦਾ ਹੈ ਇਸਤੇਮਾਲ ਕਰਦਾ ਹੈ ਉਹਦੇ ਤੱਕ ਮਮਕੀਨ ਹੈ ਕਿ ਹਰ ਗੱਲ ਲੇਕਿਨ ਉਹਦੇ ਵਿੱਚ ਵੀ ਕਈ ਲੋਕ ਹੀ ਰਹਿ ਜਾਂਦੇ ਨੇ ਹਰ ਵੀਡੀਓ ਹਰ ਬੰਦੇ ਤੱਕ ਨਹੀਂ ਪਹੁੰਚਦੀ ਅੱਜ 29 ਰਮਜ਼ਾਨ ਨੂੰ ਮੁਬਾਰਕ ਹੈ ਔਰ ਮੰਗਲ ਦਾ ਦਿਨ ਹੈ ਅੱਜ ਸਿਰਫ ਦਿਲ ਜੋ ਕਰ ਰਿਹਾ ਉਹ ਇਹ ਹੀ ਹੈ ਕਿ ਸਮਾਂ ਨਹੀਂ ਆ ਰਹੀ ਕਿ ਕਿਸ ਤਰੀਕੇ ਦੀ ਤੁਹਾਡੇ ਨਾਲ ਗੱਲਬਾਤ ਸ਼ੇਅਰ ਕੀਤੀ ਜਾਏ ਪਰੇਸ਼ਾਨ ਦਿਲ ਲੱਗ ਰਿਹਾ ਹੈ ਲੇਕਿਨ ਕਿਹੜੀ ਪਰੇਸ਼ਾਨੀ ਹੈ ਉਹਦੀ ਵੀ ਸਮਝ ਨਹੀਂ ਆ ਰਹੀ ਮਮਕਿਨ ਹੈ ਇਹ ਹੀ ਪਰੇਸ਼ਾਨੀ ਹੋਵੇ ਕਿ ਰਮਜ਼ਾਨ ਸ਼ਰੀਫ ਸਾਡੇ ਤੋਂ ਅਲਵਿਦਾ ਹੋ ਰਿਹਾ ਹੈ। ਔਰ ਨਮਜ਼ਾ ਅਲ ਮੁਬਾਰਕ ਦੀਆਂ ਜਿਹੜੀਆਂ ਬਰਕਤਾਂ ਸਾਡੇ ਤੱਕ ਪਹੁੰਚੀਆਂ। ਉਹਨਾਂ ਨੂੰ ਆਹ ਕਿੰਨਾ ਕੁ ਸਮਟਿਆ ਔਰ ਕਿੰਨਾ ਕੁ ਨਹੀਂ। ਕਿ ਸਾਡੇ ਕੋਲ ਪਛਤਾਵਾ ਹੀ ਤੇ ਨਹੀਂ ਰਹਿ ਜਾਣਾ ਕਿ ਰਮਜ਼ਾਨ ਮੁਬਾਰਕ ਦੇ ਵਿੱਚ ਅਸੀਂ ਕੋਈ ਐਸਾ ਕੰਮ ਕੋਈ ਐਸਾ ਅਮਲ ਨਹੀਂ ਕਰ ਸਕੇ ਕਿ ਜਿਹੜਾ ਅੱਲਾਹ ਤਾਲਾ ਨੂੰ ਪਸੰਦ ਆਇਆ ਹੋਵੇ। ਇਹ ਪਸੰਦ ਆਏਗਾ। ਹੋ ਸਕਦਾ ਹੈ ਨੇਕੀਆਂ ਦੇ ਬਜਾਏ ਗਲਤੀਆਂ ਕਟਾਈਆਂ ਜ਼ਿਆਦਾ ਹੋ ਗਈਆਂ ਹੁਣ ਮਮਕਨ ਹੈ ਇਸੇ وجہ ਤੋਂ ਦਿਲ ਪਰੇਸ਼ਾਨ ਹੋ ਜਾਵੇ ਤੇ ਦੋਸਤੋ ਇੱਕ ਗੱਲ ਜ਼ਿਹਨ ਚ ਆ ਗਈ ਹੈ ਜਿਹੜੀ ਜ਼ਿਆਦਾ ਜ਼ਰੂਰੀ ਮੈਂ ਸਮਝੀ ਹੈ ਤੁਹਾਡੇ ਨਾਲ ਸ਼ੇਅਰ ਕਰਨੇ ਮੈਂ ਮਸਜਿਦ ਤੇ ਮਦਰਸੇ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਰੋਜ਼ੇਦਾਰਾਂ ਦੀ ਖidmat ਕਰਦਾ ਰਿਹਾ ਤੇ ਹੁਸ਼ਿਆਲੀ ਜਿਹੜੀ ਗੱਲ ਹੈ ਵੇ ਕਿ ਇੱਕ ਰੋਜ਼ੇਦਾਰ ਦੇ ਹੁਸ਼ ਹੋ ਕੇ ਜਿਹੜਾ ਮਸਜਿਦੋਂ ਮਦਰਸੇ ਦੇ ਜ਼ਿੰਮੇਦਾਰ ਨੇ ਉਹਨਾਂ ਜੋ ਕੋਈ ਸਮਝ ਲੋ ਮੇਰੇ ਸਹੀ ਲਮੇਚ ਨਹੀਂ ਹੈ ਮੈਨੂੰ ਰਾਤੀ ਇੱਕ ਰੋਜ਼ੇਦਾਰਾਂ ਦੀ ਖidmat ਦੇ ਸਿਲੇ 'ਚ ਇੰਤਜ਼ਾਮੀਆਂ ਦੀ ਤਰਫੋਂ ਸ਼ੂਟ ਨਾਇਰ ਕੀਤਾ ਗਿਆ ਸੀ ਬਾਹਵ ਸੁਵਗਾ ਸੋਹਿਦਾ ਰਿਆ ਕਿ ਮੈਂ ਸਾ ਕੀ ਕਰ ਛੜਿਆ ਕਿ ਜਿਹੜਾ ਮੈਨੂੰ ਇਸ ਇਲਾ ਦਿੱਤਾ ਹੈ ਨਾ ਸੋੜ ਦਿੱਤਾ ਹੈ ਨਵਾਜ਼ਿਆ ਮੈਨੂੰ ਤੇ ਇਹਦੇ ਚ ਮੌਕੇ ਨੇ ਕਿ ਮੇਰੀ ਨੀਅਤ ਦਾ ਬੜਾ ਅਮਲ ਦਾ ਹਸੀ ਕਿਉਂਕਿ ਮੈਂ ਇਸ ਨੀਅਤ ਦੇ ਨਾਲ ਹੀ ਜਾਂਦਾ ਸਾਂ ਕਿ ਅੱਲਾਹ ਤਾਲਾ ਸਾਡੀ ਹਿਦਮਤ ਹੈ ਜਿਹੜੀ ਕਰਨੇ ਆ ਰੋਜ਼ੇਦਾਰਾਂ ਦੀ ਉਹ ਹਿਦਮਤ ਕਬੂਲ ਕਰ ਲਵੇ ਇਹਦਵਾਰ ਕਬੂਲ ਹੋਈ ਹੈ ਕਿ ਨਹੀਂ ਹੋਈ ਇਹ ਤਾਂ ਕੋਈ ਨਹੀਂ ਪਤਾ ਇਹ ਤਾਂ ਰੱਬ ਕੋਲ ਗੱਲ ਹੈ ਲੇਕਿਨ ਇੰਤਜ਼ਾਮੀਆਂ ਨੇ ਹੋਸ਼ ਹੋ ਕੇ ਮੈਨੂੰ ਇੱਕ ਸੂਟ ਅਨਾਇਤ ਕੀਤਾ ਕਮੈਂਟ ਕਰਕੇ ਦੱਸਿਆ ਜੇ ਅੱਜ ਦੀ ਜਿਹੜੀ ਮੈਂ ਗੁਫਤਗੂ ਕੀਤੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਅੱਜ ਲਈ ਇੰਨਾ ਹੀ ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦੇ ਆ ਜੇ ਅੱਲਾ ਤਾਲਾ ਸਾਡਾ ਤੁਹਾਡਾ ਹਾਮੀ ਉਨਾਸਰ ਹੋਵੇ ਜਿਉਂਦੇ ਰਹੋ ਵਸਦੇ ਰਹੋ ਰੱਬ ਰਾਖਾ